वायरस से करके हर पास एक डर का माहौल बनिया होया। जे गल करिए असी फ्रंट से जंग लड़न वाले दी, डॉक्टर, सफाई कर्मचारी, मीडिया कर्मचारी ते पुलिस कर्मचारी भी जिहड़े ने फ्रंट से जंग लड़ते, पर उन्हां वास्ते भी काफ़ी मुश्किल का माहौल बनिया होया। जेकर किसी चोर नूं फड़िया जांदा है, किसी भी क्रिमिनल नूं फड़िया जांदा, ते जेकर वह करोना पॉजिटिव हुंदा है, ते पूरा थाना जिहड़ा वा उहनूं होम क्वारंटाइन किया जाता है। ज़्यादा गलबात करन वास्ते साडे नाल अमृतसर तो पुलिस कमिश्नर डॉक्टर सुखचैन सिंह मौजूद ने। डॉक्टर साहब, जिस तरह लगातार पुलिस वाले भी जिहड़े उन्होंने भी चैकिंग हो रही है, कुछ पॉजिटिव भी आ गए हैं, हूँ तक जो फिगर की गल की जाए तो किन्ने पॉजिटिव आ चुके? देखो, साढ़े 1033 टेस्ट जिहड़े सैंपल असी देते हैं, जिहदे विचों करीब 550 की सानू रिपोर्ट आ चुकी है। 6 साढ़े जिहड़े पुलिस ऑफिसर आ उहदे विच पॉजिटिव आए, जिहदे विचों 3 क्योर हो गए, जिहड़े घरां नूं चले गए ठीक हो गए। 3 साढ़े जिहड़े ऑफिसर आ अजे एडमिटेड ने, जिहदे विचों 2 एसिमटोमैटिक ने, जिन्हां दी कंडीशन बिल्कुल ठीक आ। 1 साढ़े ASI है बलराज सिंह, उन्हां दी कंडीशन काफ़ी सीरीयस सीगी, पर 2-3 दिन तो लगातार, क्योंकि एक साड़ी स्टेट लैवल की हैल्थ टीम बनी हुई है, उन्होंने नाल मैं भी परसनली सारे नाल डिस्कस करके जिहड़े कंसर्न डॉक्टर्स जिहड़े ने उन्होंने ट्रीट कर रहे उन्होंने डिस्कस किया, और परमात्मा की कृपा के नाल काफ़ी उन्होंने हुण इंप्रूवमेंट आ। जिस तरीके दे नाल उन्होंने चल रहा फर्दर, मैनू उम्मीद आ कि वह 100% जिहड़े ने ठीक हो जाएंगे। सो एक अनफॉर्चुनेट इंसीडेंट होया कि एक होमगार्ड का जवान जिहड़ा सीगा ਉਹਦੀ ਡੈਥ ਹੋਈ ਹੈ, ਐਂਡ ਉਹ ਆਲ ਆਫ ਏ ਸਡਨ ਹੀ ਉਹਨੂੰ ਪ੍ਰੋਬਲਮ ਹੋਈ, ਐਂਡ ਉਹ ਜਦੋਂ ਹੋਸਪਿਟਲ ਐਡਮਿਟ ਹੋਇਆ ਕਾਫ਼ੀ ਸੀਰੀਅਸ ਕੰਡੀਸ਼ਨ ਦੇ ਵਿੱਚ ਸੀਗਾ। ਫਰਦਰ ਸਾਡੇ ਜਿਹੜੇ 1033, ਜਿਸ ਤਰ੍ਹਾਂ ਮੈਂ ਦੱਸਿਆ, ਜਿਹੜੇ ਸੈਂਪਲਸ ਦੀ ਰਿਪੋਰਟ ਆਉਣੀ ਹੈ, ਕਰੀਬ 500 ਦੇ ਕਰੀਬ ਅਜੇ ਸੈਂਪਲ ਦਾ ਜਿਹਨਾਂ ਦੀ ਰਿਪੋਰਟ ਆਉਣੀ ਹੈ, ਉਹ ਮੈਨੂੰ ਲੱਗਦਾ ਅੱਜ ਉਹ ਰਿਪੋਰਟ ਆ ਜਾਏਗੀ, ਉੱਥੋਂ ਸਾਨੂੰ ਇੱਕ ਟ੍ਰੈਂਡ ਪਤਾ ਚੱਲ ਜਾਏਗਾ। ਔਰ ਦੂਸਰਾ ਹੈ ਜਿਹੜਾ ਹੈਲਥ ਦਾ, ਇਹ ਅਸੀਂ ਅੱਜ ਫਿਰ ਦੁਬਾਰਾ ਤੋਂ ਸਾਰੇ ਆਪਣੇ ਯੂਨਿਟਸ ਨੂੰ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ। ਬਹੁਤ ਸਾਰੇ ਉਹਦੇ ਵਿੱਚ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ ਆ, ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈ, ਮੁਜਰਿਮ ਨੂੰ ਹੈਂਡਲ ਕਰਨ ਵੇਲੇ ਕੀ ਕਰਨਾ ਚਾਹੀਦਾ ਹੈ, ਕੰਸਰਨ ਯੂਨਿਟਸ ਦੇ ਵਿੱਚ ਪੁਲਿਸ ਨੂੰ ਕਿਸ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਹੈ ਉਹ ਪ੍ਰਿਕੋਸ਼ਨਸ ਕੀ ਲੈਣੇ ਚਾਹੀਦੇ ਆ, ਉਹ ਸਾਰਾ ਅਸੀਂ ਅੱਜ ਦੁਬਾਰਾ ਕਰ ਰਹੇ ਹਾਂ। ਸਾਡੇ ADCP ਹੈੱਡਕੁਆਰਟਰ ਆ, ਉਹਨਾਂ ਦੀ ਡਿਊਟੀ ਲਗਾਈ ਅੱਜ ਕੋਆਰਡੀਨੇਟਿੰਗ ਆਫਿਸਰ, ਕਿ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਪ੍ਰੋਪਰਲੀ ਇਨਸ਼ੋਰ ਕਰਨ। ਇਸ ਤੋਂ ਇਲਾਵਾ ਅਸੀਂ 2 ਕੁਆਰੰਟੀਨ ਸੈਂਟਰ ਬਣਾਏ ਸੀ, ਜੇ ਕੋਈ ਸਾਡਾ ਮੁਲਾਜ਼ਮ ਉਹਨੂੰ ਕੁਆਰੰਟੀਨ ਕਰਨਾ ਪਵੇ ਜਾਂ ਕੋਈ ਹੋਰ ਦਿੱਕਤ ਹੋਵੇ, ਜਿੱਥੇ ਕਿ ਕਿਉਂਕਿ ਕਾਫ਼ੀ ਪ੍ਰੋਟੋਕੋਲ ਜਿਹੜੇ ਨੇ ਓਵਰ ਅ ਪੀਰੀਅਡ ਆਫ ਟਾਈਮ ਚੇਂਜ ਹੁੰਦੇ ਰਹਿੰਦੇ ਆ, ਉਹ ਵੀ ਅਸੀਂ ਕਰ ਰਹੇ ਹਾਂ। ਅਸੀਂ ਕੁਛ ਆਕਸੀਜਨ ਸਿਲੰਡਰਸ ਵੀ ਐਮਰਜੈਂਸੀ ਸਰਵਿਸਿਜ਼ ਵਾਸਤੇ ਆਪਣੇ ਪੁਲਿਸ ਹੋਸਪਿਟਲ ਦੇ ਵਿੱਚ ਵੀ ਪ੍ਰੋਕਿਓਰ ਕਰ ਰਹੇ ਹਾਂ। ਸੋ ਜਿਹੜੇ ਸਟੈਪਸ ਫੋਰਸ ਦੇ ਵੈਲਫੇਅਰ ਵਾਸਤੇ ਲੈਣੇ ਚਾਹੀਦੇ ਆ, ਕਾਫ਼ੀ ਅਸੀਂ ਲੈ ਰਹੇ ਹਾਂ। ਜਿਸ ਤਰੀਕੇ ਦੇ ਨਾਲ ਸਾਡਾ ਸਾਰਾ ਜੋ ਸਿਸਟਮ ਹੈ ਚੱਲ ਰਿਹਾ ਵਾ, ਉਹ ਮੈਨੂੰ ਉਮੀਦ ਹੈ ਕਿ ਅਸੀਂ ਇਸ ਜਿਹੜੀ ਬਿਮਾਰੀ ਆ ਉਹਦੇ ਉੱਤੇ ਵੀ ਕਾਬੂ ਪਾਉਣ 'ਚ ਸਫਲ ਹੋਵਾਂਗੇ, ਔਰ ਆਪਣੀ ਫੋਰਸ ਨੂੰ ਵੀ ਨਾਲ ਦੀ ਨਾਲ ਇਸ ਪ੍ਰੋਬਲਮ ਤੋਂ ਬਚਾਉਣ ਦੇ ਵਿੱਚ ਸਫਲ ਹੋਵਾਂਗੇ। ਸਰ, ਦੇਖਿਆ ਜਾਵੇ ਤਾਂ ਜੇ ਕਰੋਨਾ ਦੀ ਅਸੀਂ ਗੱਲ ਕਰੀਏ ਤੇ ਜ਼ਿਆਦਾ ਜਿਹੜੇ ਨੇ ਉਹਨਾਂ ਦੂਸਰਾ ਹੈ ਜਿਹੜਾ ਕਾਮਨ ਮੈਸੇਜ ਆ ਸਾਰਿਆਂ ਵਾਸਤੇ, ਦੇਖੋ ਇਹ ਜਿਹੜਾ ਕਰੋਨਾ ਤੋਂ ਬਚਣ ਦਾ ਸਭ ਤੋਂ ਵਧੀਆ 3 ਹੀ ਆਪਾਂ ਉਹਨੂੰ ਕਹਿ ਦਿੰਦੇ ਹਾਂ ਫੰਡਾਮੈਂਟਲਸ ਆ, ਕਿ ਮਾਸਕ ਪ੍ਰੋਪਰ ਪਾ ਕੇ ਰੱਖਣਾ, ਸੋਸ਼ਲ ਡਿਸਟੈਂਸ ਮੇਨਟੇਨ ਕਰਕੇ ਰੱਖਣਾ, ਵਾ ਉਹ ਮੇਨਟੇਨ ਰੱਖਣਾ, ਲਗਾਤਾਰ ਆਪਾਂ ਕਹਿੰਦੇ ਹੱਥ ਧੋਣੇ ਆ, ਸੋਸ਼ਲ ਡਿਸਟੈਂਸ ਮੇਨਟੇਨ ਕਰਨਾ, ਮਾਸਕ ਪਾਉਣੇ ਆ। ਜੇ ਆਪਾਂ ਇਹ 3 ਚੀਜ਼ਾਂ ਨੂੰ ਫੋਲੋ ਕਰ ਲਈਏ, ਚਾਹੇ ਉਹ ਪੁਲਿਸ ਅਫੀਸ਼ਲ ਹੋਵੇ, ਚਾਹੇ ਉਹ ਕਿਹੜਾ ਮਰਜ਼ੀ ਬੰਦਾ ਹੋਵੇ, ਕਾਫ਼ੀ ਚਾਂਸਿਸ ਹੁੰਦੇ ਆ, ਜੋ ਕਾਫ਼ੀ ਤਰ੍ਹਾਂ ਦੀਆਂ ਅਲੱਗ ਅਲੱਗ ਸਟੱਡੀਜ਼ ਆ, ਪਰ ਮੋਸਟ ਸਟੱਡੀਜ਼ ਇਹ ਕਹਿੰਦੀਆਂ ਕਿ 75% ਚਾਂਸ ਆ ਕਿ ਉਹ ਬੰਦਾ ਇਨਫੈਕਟ ਨਹੀਂ ਹੋ ਸਕਦਾ। ਸੋ ਅਸੀਂ ਫੋਰਸ ਨੂੰ ਵੀ ਵਾਰ ਵਾਰ ਇਹੀ ਮੈਸੇਜ ਦਿੰਦੇ ਹਾਂ, ਮੈਂ ਸਭ ਤੋਂ ਪਹਿਲਾਂ ਦੇਖਦਾ ਹੈ ਕਿ ਸਾਡੇ ਬੰਦਿਆਂ ਨੇ ਪ੍ਰੋਪਰਲੀ ਮਾਸਕ ਪਾਏ ਹੋਏ ਆ, ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਕੋਈ ਜ਼ਿਆਦਾ ਏਜਡ ਬੰਦਾ ਤਾਂ ਨਹੀਂ। ਮੈਂ ਤਾਂ ਆਪ ਕਈ ਵਾਰੀ ਜੇ ਕੋਈ ਮੈਨੂੰ ਲੱਗੇ ਕਿ ਏਜਡ ਆ ਜਾਂ ਕੋਈ ਜਿਹਨੂੰ ਪ੍ਰੋਬਲਮ ਹੋ ਸਕਦੀ, ਆਪ ਪਰਸਨਲੀ ਚੈੱਕ ਕਰਕੇ ਕਢਵਾ ਕੇ ਡਿਊਟੀ ਕਟਵਾ ਕੇ ਉਹਨਾਂ ਦੀ ਡਿਊਟੀ ਚੇਂਜ ਕਰਵਾਈ ਹੈ। ਸੋ ਮੈਂ ਸਾਰੇ ਯੂਨਿਟ ਇੰਚਾਰਜਿਸ ਨੂੰ ਵੀ ਅਸੀਂ ਇਹੀ ਇੰਸਟਰਕਸ਼ਨ ਦਿੱਤੀਆਂ, ਜਿਸ ਤਰ੍ਹਾਂ ਮੈਂ ਤੁਹਾਨੂੰ ਆਲਰੇਡੀ ਦਿੱਤਾ, ਅਸੀਂ ਇੱਕ ਬੜਾ ਲੰਬਾ ਇੱਕ ਅੱਜ ਪ੍ਰੋਪਰ ਬਣਾ ਕੇ ਭੇਜਿਆ ਸਾਰਿਆਂ ਨੂੰ, ਜਿਹਦੇ ਵਿੱਚ ਸਟੈਂਡ ਲਗਾ ਕੇ ਸੈਨੇਟਾਈਜ਼ਰ ਲਗਾਏ ਜਾਣ ਅਲੱਗ ਅਲੱਗ ਯੂਨਿਟਸ ਦੇ ਬਾਹਰ, ਪ੍ਰੋਪਰ ਫੋਰਸ ਨੂੰ ਵਾਰ ਵਾਰ ਬਰੀਫ ਕੀਤਾ ਜਾਵੇ। ਔਰ ਇਹ 3 ਜਿਹੜੀਆਂ ਚੀਜ਼ਾਂ ਨੇ, ਇਹਦੇ ਬਾਰੇ ਦੇ ਵਿੱਚ ਹਰ ਬੰਦੇ ਨੂੰ, ਹਰ ਫੋਰਸ ਦੇ ਬੰਦੇ ਨੂੰ ਔਰ ਹਰ ਪ੍ਰਾਈਵੇਟ ਬੰਦੇ ਨੂੰ, ਔਰ ਇਹ ਸਭ ਤਿੰਨੋਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਈਜ਼ੀਲੀ ਕੀਤੀਆਂ ਜਾ ਸਕਦੀਆਂ, ਕੋਈ ਇਹਦੇ ਵਿੱਚ ਲੰਬੀ ਚੌੜੀ ਸਾਇੰਸ ਜਾਂ ਕੋਈ ਲੰਬਾ ਚੌੜਾ ਕੋਈ ਇਹਦੇ ਵਿੱਚ ਫਾਈਨੈਂਸ਼ੀਅਲ ਇਸ਼ੂ ਨਹੀਂ ਹੈਗੇ। ਫਰੰਟ 'ਤੇ ਜੰਗ ਲੜਨ ਵਾਲੇ 4 ਮਹਿਕਮੇ ਦੱਸੇ ਜਾ ਰਹੇ ਆ, ਪੁਲਿਸ,
कर्मचारी, सफाई कर्मचारी, डॉक्टर, मीडिया, पर एक महकमा होर आ गया, असी महकमा ही कहांगे वॉलंटियर, उन्हां वास्ते की खास? सेम आ जी, जो पुलिस वास्ते आ उही वॉलंटियर वास्ते आ। साडी ड्यूटी जिहड़ी ऐसी आ कि कोई भी होर बंदा घर बैठ सकदा है, कोई अपना 15 दिन वास्ते तुसीं कह लो ब्रेक लै सकदा है, बट पुलिस की ड्यूटी ऐसी है कि पुलिस नूं लगातार ड्यूटी करनी पवेगी। बहुत मजबूरी दे विच भी, चाहे कई बार मैं देखिया कई बंदे साडे फिजिकली फिट नहीं होंदे प्रॉपरली, उन्हां नूं भी कई बार ड्यूटी करनी पैंदी है। सो पुलिस का जिहड़ा ओवरऑल ड्यूटी का जिहड़ा चार्टर ऑफ ड्यूटीज़ आ बड़ा सख्त आ, और मैनू ये खुशी भी है इस चीज़ पर पुलिस के चाहे वह होमगार्ड तो लैके चाहे साडे DCPs तक हो, सारा ने बड़ी तनदेही नाल ड्यूटी निभाई है अपनी हुण तक, और हुण भी उस ही एंथूजियाजम दे नाल ड्यूटी निभा रहे। सो बहुत बहुत धन्यवाद, गलबात की है अमृतसर के पुलिस कमिश्नर डॉक्टर सुखचैन सिंह के नाल, जिन्हों वालों खास करके कहा गया कि पुलिसकर्मी वॉलंटियर हर एक वास्ते एक खास जिहड़ा सोचा जा रहा कि उन्होंने कोई भी मुश्किल का सामना ना करना पवे, क्योंकि लगातार कोरोना वायरस अपने पैर पसारता जा रहा। कैमरामैन दीपक विजय सुखचैन सिंह। कोरोना वायरस के करके हर पासे एक डर का माहौल बनया हुआ है। जे गल करिए असी फ्रंट से जंग लड़न वाले की, डॉक्टर, सफाई कर्मचारी, मीडिया कर्मचारी, पुलिस।